ਬੁਲਾ ਕੇ ਭੇਜੀ ਤੇ ਕਹਿੰਦਾ ਫੋਨ ਨਹੀਂ ਤੁਹਾਡੇ ਕੋਲ ਸਹੀ ਜਾਂਦਾ, ਮੇਰੀ ਬੇਟੀ ਦਾ ਜਨਮ ਦਿਨ ਆ ਤੇ ਮੈਂ ਤੁਹਾਨੂੰ ਤੋਹਫ਼ਾ ਕੋਈ ਦੇਣਾ ਚਾਹੁੰਦਾ। ਫਿਰ ਬਾਅਦ ਦੇ ਵਿੱਚ ਸ਼ਾਮਾਂ ਨੂੰ ਆ ਕੇ ਤੇ ਉਹਨੇ ਮਤਲਬ ਦੋ ਤਿੰਨ ਪਾਈਆਂ ਵੀਡੀਓ ਪਾਈਆਂ ਵੀ ਮੈਂ ਤੁਹਾਡੇ ਵਾਸਤੇ ਆਈਫੋਨ ਲੈ ਕੇ ਆਇਆ ਵਾਂ ਅਤੇ ਦੋ ਘੜੀਆਂ ਲੈ ਕੇ ਆਇਆ ਤੁਹਾਡੇ ਵਾਸਤੇ ਅਤੇ ਤੁਹਾਡੇ ਬੇਟੇ ਵਾਸਤੇ। ਤੀਜੇ ਕੁ ਦਿਨ ਕਹਿੰਦਾ ਮੈਂ ਪਾਰਸਲ ਭੇਜ ਦੇਣ ਲੱਗਾ ਵਾਂ, ਪਾਰਸਲ ਭੇਜਤਾ ਉਹਨੇ ਅਤੇ ਨਾਲ ਲਿਖ ਕੇ ਭੇਜਿਆ ਵੀ ਮੈਂ 30,000 ਪਾਊਂਡ ਤੈਨੂੰ ਪਾ ਦਿੱਤਾ ਵਾ ਇੱਥੋਂ। ਫਿਰ ਇਹਨਾਂ ਅਗਲੇ ਦਿਨ ਮਤਲਬ ਕਿਹਾ ਮੈਨੂੰ ਕਿ ਇਹਦੀ ਸਕੈਨ ਹੋਈ ਆ ਅਤੇ ਮਤਲਬ ਤੁਹਾਨੂੰ ਏਅਰਪੋਰਟ ਦੇ ਰੂਲ ਦੇ ਹਿਸਾਬ ਨਾਲ 75,000 ਰੁਪਇਆ ਜਮ੍ਹਾਂ ਕਰਾਉਣਾ ਪੈਣਾ। ਇੱਧਰੋਂ ਮੈਨੂੰ ਬਥੇਰੇ ਪੈਸੇ ਆ ਜਾਣੇ ਆ, ਉਹ 31-32 ਲੱਖ ਦੱਸਦੇ ਅਤੇ ਮੈਂ ਚੱਲ ਇਹਦੇ ਵਿੱਚੋਂ ਦੇ ਦਾਂਗੇ ਉਹਨਾਂ ਨੂੰ। ਮੈਨੂੰ ਪਹਿਲਾਂ ਕਹਿੰਦੀ ਤੁਸੀਂ ਕਿੱਥੇ ਜਾਣਾ, ਮੈਂ ਕਿਹਾ ਮੈਂ ਤਾਂ ਪਿੰਡ ਜਾ ਰਿਹਾ। ਕਹਿੰਦੀ ਵੀ ਸਵੇਰੇ ਨਾ ਤੁਹਾਡਾ ਚਲ ਜਾਓ ਪਿੰਡ, ਆਉਂਦੀ ਸਵੇਰੇ ਤੁਹਾਡਾ ਪਾਰਸਲ ਪਹੁੰਚ ਜੂਗਾ, ਨਾਲ ਪੁਲਿਸ ਵੀ ਲੈ ਕੇ ਆਊਗੀ। ਅੱਜ ਦੀ ਰਫ਼ਤਾਰ ਭਰੀ ਜ਼ਿੰਦਗੀ ਦੇ ਵਿੱਚ ਇੰਟਰਨੈੱਟ ਦਾ ਇੱਕ ਬਹੁਤ ਵੱਡਾ ਰੋਲ ਹੈ, ਕਿਉਂਕਿ ਇੰਟਰਨੈੱਟ ਦੇ ਉੱਤੇ ਕਈ ਸਾਰੇ ਐਸੇ ਐਪਸ ਨੇ ਜਿਨ੍ਹਾਂ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੋਸਤੀਆਂ ਹੋ ਜਾਂਦੀਆਂ ਨੇ ਔਰ ਰਿਲੇਸ਼ਨ ਬਣ ਜਾਂਦੇ ਨੇ। ਕਿਸ ਤਰ੍ਹਾਂ ਦੋਸਤੀ ਕਰ ਵਿਦੇਸ਼ ਦੇ ਇੱਕ ਬੰਦੇ ਨੇ ਪੰਜਾਬ ਦੇ ਇੱਕ ਨੌਜਵਾਨ ਨੂੰ ਠੱਗਿਆ, ਅਸੀਂ ਤੁਹਾਨੂੰ ਦੱਸਾਂਗੇ ਇਸ ਰਿਪੋਰਟ ਦੇ ਵਿੱਚ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਪਿੰਡ ਧਵਾਣਾ ਜਿੱਥੋਂ ਦਾ ਨੌਜਵਾਨ ਹੈ, ਉਹਦੀ ਫੇਸਬੁੱਕ ਦੇ ਉੱਤੇ ਦੋਸਤੀ ਹੁੰਦੀ ਹੈ ਇੰਗਲੈਂਡ ਦੇ ਇੱਕ ਨੌਜਵਾਨ ਦੇ ਨਾਲ। ਕੀ ਹੈ ਸਾਰਾ ਮਾਮਲਾ, ਉਹ ਹੀ ਤੁਹਾਨੂੰ ਦੱਸਣਗੇ। ਕੀ ਨਾਂ ਭਾਅ ਜੀ ਆਪਣਾ? ਮੇਰਾ ਨਾਂ ਹਰਜੀਤ ਸਿੰਘ ਹੈ ਜੀ। ਹਰਜੀਤ ਸਿੰਘ ਜੀ, ਕੀ ਸਾਰਾ ਮਾਮਲਾ ਤਫਸੀਲ 'ਚ ਦੱਸੋਗੇ? ਉਹਨਾਂ ਨੇ ਮੈਨੂੰ ਨਾ ਫੇਸਬੁੱਕ 'ਤੇ ਫਰੈਂਡ ਰਿਕੁਐਸਟ ਭੇਜੀ। ਕਿਸ ਨਾਮ ਤੋਂ? ਹੈਰੀ ਸਿੰਘ ਦਾ ਨਾਮ ਜੀ। ਮੈਂ ਉਹ ਐਕਸੈਪਟਡ ਕਰ ਲਈ ਅਤੇ ਬਾਅਦ 'ਚ ਸਾਡੀ ਗੱਲਬਾਤ ਬਹੁਤ ਚਿਰ ਕਾਫੀ ਚਿਰ ਚੱਲਦੀ ਰਹੀ। ਫਿਰ ਉਹ ਕਹਿੰਦਾ ਵੀ ਇੱਥੇ ਗੱਲਬਾਤ ਜ਼ਰਾ ਵੀ ਹੋਰ ਚੀਜ਼ ਹੈ, ਮੈਨੂੰ ਵਟਸਐਪ ਨੰਬਰ ਭੇਜੋ। ਮਤਲਬ ਫੇਸਬੁੱਕ ਦੇ ਉੱਤੇ ਗੱਲਬਾਤ ਕਰਨਾ ਉਹਨੇ ਕਿਹਾ ਕਿ ਔਖਾ ਥੋੜ੍ਹਾ ਜਿਹਾ, ਅਤੇ ਵਟਸਐਪ ਨੰਬਰ ਭੇਜੋ ਤਾਂ ਕਿ ਚੈਟ ਕਰ ਲਈਏ। ਹਾਂ ਹਾਂਜੀ ਹਾਂਜੀ। ਕਿਸ ਤਰ੍ਹਾਂ ਦੀ ਚੈਟ ਹੁੰਦੀ ਰਹੀ ਤੁਹਾਡੀ ਉਹਦੇ ਨਾਲ? ਚੈਟ ਉਹ ਪਹਿਲਾਂ ਪਰਿਵਾਰ ਬਾਰੇ ਪੁੱਛਦਾ ਸੀ, ਤੁਹਾਡੇ ਬੱਚੇ ਕਿੰਨੇ ਆ, ਅਤੇ ਮੈਂ ਵੀ ਪੁੱਛਿਆ, ਉਹ ਵੀ ਦੱਸਦਾ ਰਿਹਾ ਮਤਲਬ, ਅਤੇ ਕਹਿੰਦਾ ਮੈਂ ਤੁਹਾਨੂੰ ਮਤਲਬ ਛੋਟਾ ਭਰਾ ਆਪਣਾ ਸਮਝਦਾ ਵਾਂ, ਅਤੇ ਇੱਦਾਂ ਪਰਿਵਾਰ ਦੀਆਂ ਗੱਲਾਂ ਬਾਤਾਂ ਹੋਣੀਆਂ ਵੀ ਤੁਸੀਂ ਇਹ ਟਾਈਮ ਕੀ ਕਰ ਰਹੇ ਹੋ, ਅਤੇ ਮੈਂ ਵੀ ਉਹਨੂੰ ਪੁੱਛਣਾ, ਇੱਦਾਂ ਸਾਡੀ ਚੈਟ ਬਹੁਤ ਚਿਰ ਕਾਫੀ ਚਿਰ। ਤੁਸੀਂ ਵੀ ਪੁੱਛਦੇ ਰਹੇ ਉਹਦੇ ਪਰਿਵਾਰ ਬਾਰੇ ਜਾਂ ਉਹਨਾਂ ਬਾਰੇ? ਪੁੱਛਦਾ ਰਿਹਾ ਉਹਦੇ ਪਰਿਵਾਰ ਬਾਰੇ ਵੀ, ਤੁਹਾਡੇ ਪਰਿਵਾਰ ਦਾ ਕੀ ਹਾਲ ਹੈ, ਤੁਸੀਂ ਕੀ ਕਰਨ ਰਹੇ ਹੋ, ਅਤੇ ਇੱਦਾਂ ਪੁੱਛਦਿਆਂ ਪੁੱਛਦਿਆਂ ਅਤੇ ਉਹ ਮੈਂ ਤਾਂ ਆਪਣੇ ਬਾਰੇ ਦੱਸਿਆ, ਮੈਂ ਵੀ ਅਸੀਂ ਤਾਂ ਮਤਲਬ ਮਤਲਬ ਮਾੜੀ ਮੋਟੀ ਕਿਸਾਨੀ ਕਰਦੇ ਹਾਂ, ਜ਼ਿਮੀਦਾਰ ਆਦਮੀ ਹਾਂ। ਉਹ ਕਹਿੰਦਾ ਵੀ ਮੈਂ ਤਾਂ ਮਤਲਬ ਕਾਫੀ ਅਮੀਰ ਆਦਮੀ ਹਾਂ, ਮੇਰੇ 6 ਬੰਗਲੇ ਆ ਉੱਥੇ ਇੰਗਲੈਂਡ ਦੇ ਵਿੱਚ, ਅਤੇ ਇੱਕ ਕੰਪਨੀ ਆ, ਮੈਂ ਆਪ ਇੰਜੀਨੀਅਰ ਹਾਂ, ਅਤੇ ਮਤਲਬ ਵੀ ਮੇਰਾ ਕਾਰੋਬਾਰ ਬਹੁਤ ਤਕੜਾ, ਅਤੇ ਮੈਨੂੰ ਮਤਲਬ ਥੋੜ੍ਹੇ ਬਹੁਤੇ ਪੈਸੇ ਨਾਲ ਕੋਈ ਫਰਕ ਨਹੀਂ ਪੈਂਦਾ। ਅਤੇ ਕਿੰਨਾ ਕੁ ਚਿਰ ਤੁਹਾਡੀ ਜਿਹੜੀ ਹੈ ਇਹ ਗੱਲਬਾਤ ਹੁੰਦੀ ਰਹੀ, ਹੁਣ ਤੋਂ ਲੈ ਕੇ ਚੱਲੀਏ ਕਿ ਕਿੰਨੀ ਕੁ ਦੇਰ ਤੋਂ ਤੁਹਾਡੀ ਜਿਹੜੀ ਦੋਸਤੀ ਉਹ ਰਹੀ ਹੈ ਇੰਟਰਨੈੱਟ 'ਤੇ? ਗੱਲਬਾਤ ਉਹ ਅਜੇ ਵੀ ਕਰਦਾ ਵਾ ਫੋਨ 'ਤੇ, ਮਤਲਬ ਉੱਦਾਂ ਹੀ ਜਿੱਦਾਂ ਅੱਗੇ ਕਰਦਾ ਸੀਗਾ ਉੱਦਾਂ ਹੀ ਕਰਦਾ ਵਾ। ਅਤੇ ਹੋ ਹੀ ਗਏ ਹੋਣੇ ਕੋਈ 4 ਕੁ ਮਹੀਨੇ ਹੋ ਗਏ ਨੇ। 4 ਕੁ ਮਹੀਨੇ ਤੋਂ ਤੁਹਾਡੀ ਜਿਹੜੀ ਦੋਸਤੀ ਹੈ ਫੇਸਬੁੱਕ 'ਤੇ ਔਰ ਵਟਸਐਪ 'ਤੇ ਉਹਦੇ ਨਾਲ ਜਿਹੜੀ ਹੈ ਚੈਟ ਦੋਸਤੀ ਦੀ ਹੁੰਦੀ ਰਹੀ? ਹਾਂਜੀ ਹਾਂਜੀ। ਫਿਰ ਬਾਅਦ 'ਚ ਇੱਕ ਦਿਨ ਕਹਿੰਦਾ ਵੀ ਫੋਟੋ ਭੇਜੋ ਮੈਨੂੰ ਇੱਕ, ਮੈਂ ਫੋਟੋ ਲਾ ਕੇ ਭੇਜੀ ਅਤੇ ਕਹਿੰਦਾ ਫੋਨ ਨਹੀਂ ਤੁਹਾਡੇ ਕੋਲ ਸਹੀ ਜਾਂਦਾ, ਮੇਰੀ ਬੇਟੀ ਦਾ ਜਨਮ ਦਿਨ ਆ ਅਤੇ ਮੈਂ ਤੁਹਾਨੂੰ ਤੋਹਫ਼ਾ ਕੋਈ ਦੇਣਾ ਚਾਹੁੰਦਾ। ਮੈਂ ਪੁੱਛਿਆ ਉਹਨੂੰ ਵੀ ਕੀ ਤੋਹਫ਼ਾ ਤੁਸੀਂ, ਮੈਂ ਕਿਹਾ ਵੀ ਤੋਹਫ਼ੇ ਦੀ ਕੀ ਜ਼ਰੂਰਤ ਹੈ? ਕਹਿੰਦਾ ਨਹੀਂ ਮੈਂ ਦੇਣਾ ਚਾਹੁੰਦਾ ਵਾ, ਮੇਰੀ ਮਨ ਦੀ ਇੱਛਾ ਵਾ। ਅਤੇ ਕਹਿੰਦਾ ਮੁੜ ਕੇ ਉਹਨੇ ਮੈਸੇਜ ਕੀਤਾ, ਕਹਿੰਦਾ ਮੈਂ ਸ਼ੋਪਿੰਗ ਕਰਨ ਚੱਲਿਆ, ਮਤਲਬ ਤੁਹਾਡੇ ਵਾਸਤੇ ਸ਼ੋਪਿੰਗ ਕਰਨ ਚੱਲਿਆ ਆਪਣੀ ਬੇਟੀ ਵਾਸਤੇ ਵੀ ਅਤੇ ਤੁਹਾਡੇ ਵਾਸਤੇ ਵੀ। ਫਿਰ ਬਾਅਦ ਦੇ ਵਿੱਚ ਸ਼ਾਮਾਂ ਨੂੰ ਆ ਕੇ ਅਤੇ ਉਹਨੇ ਮਤਲਬ 2-3 ਪਾਈਆਂ ਵੀਡੀਓ ਪਾਈਆਂ ਵੀ ਮੈਂ ਤੁਹਾਡੇ ਵਾਸਤੇ ਆਈਫੋਨ ਲੈ ਕੇ ਆਇਆ ਵਾਂ ਅਤੇ 2 ਘੜੀਆਂ ਲੈ ਕੇ ਆਇਆ ਤੁਹਾਡੇ ਵਾਸਤੇ ਅਤੇ ਤੁਹਾਡੇ ਬੇਟੇ ਵਾਸਤੇ। ਉਹ ਆਈਫੋਨ ਔਰ ਘੜੀਆਂ ਦੀ ਵੀਡੀਓਜ਼ ਵੀ ਉਹਨਾਂ ਨੇ ਤੁਹਾਨੂੰ ਭੇਜੀਆਂ? ਵੀਡੀਓ ਭੇਜੀ ਉਹਨਾਂ ਨੇ, ਵੀਡੀਓ ਦੋਵੇਂ ਭੇਜੀਆਂ ਉਹਨਾਂ ਨੇ। ਬਾਅਦ 'ਚ ਫਿਰ 2 ਕੁ ਦਿਨ ਇੱਦਾਂ ਗੱਲਬਾਤ ਚੱਲਦੀ ਰਹੀ, ਕਹਿੰਦਾ ਮੇਰਾ ਟਾਈਮ ਨਹੀਂ ਗਾ ਲੱਗਦਾ, ਮੈਂ ਮਤਲਬ ਪਾਰਸਲ ਭੇਜਣਾ ਤੁਹਾਨੂੰ। ਫਿਰ ਬਾਅਦ 'ਚ 3-4 ਦਿਨ ਕਹਿੰਦਾ ਮੈਂ ਪਾਰਸਲ ਭੇਜ ਦੇਣ ਲੱਗਾ ਵਾਂ, ਪਾਰਸਲ ਭੇਜਤਾ ਉਹਨੇ ਅਤੇ ਨਾਲ ਲਿਖ ਕੇ ਭੇਜਿਆ ਵੀ ਮੈਂ 30,000 ਪਾਊਂਡ ਤੈਨੂੰ ਪਾ ਦਿੱਤਾ ਵਾ ਇੱਥੋਂ। ਅਤੇ 2 ਦਿਨਾਂ ਬਾਅਦ ਮੈਨੂੰ ਇੱਧਰ ਤੁਹਾਡੇ ਦਾ ਪਤਾ ਨਹੀਂ ਵੀ ਟੈਕਸ ਕਿੰਨਾ ਪੈਣਾ ਤੁਹਾਨੂੰ, ਅਤੇ ਮੈਂ ਮਤਲਬ ਇੱਧਰੋਂ ਟੈਕਸ ਨਹੀਂ ਭਰ ਸਕਦਾ ਤੁਹਾਡੇ ਇੰਡੀਆ ਦਾ, ਇਹ ਤੁਹਾਨੂੰ ਉੱਥੋਂ ਦਿੱਲੀਓ ਫੋਨ ਆਊਗਾ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ, ਅਤੇ ਉਹ ਤੁਹਾਨੂੰ ਦੱਸਣਗੇ। ਅਤੇ ਤੁਹਾਨੂੰ ਤਾਂ ਇਸ ਗੱਲ ਦਾ ਪਤਾ ਹੋਵੇਗਾ ਕਿ ਪੈਸੇ ਦਾ ਲੈਣ ਦੇਣ ਜਿਹੜਾ ਉਹ ਜ਼ਿਆਦਾਤਰ ਤਾਂ ਬੈਂਕ ਅਕਾਊਂਟਾਂ 'ਚ ਹੁੰਦਾ, ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਮੇਰੇ ਅਕਾਊਂਟ 'ਚ ਪਾ ਦਿਉ?
ਮੈਂ ਆਖਿਆ ਉਹਨਾਂ ਨੂੰ ਅਕਾਊਂਟ 'ਚ ਪਾ ਦਿਓ, ਉਹ ਕਹਿੰਦੇ ਇੱਦਾਂ ਨਹੀਂ ਪੈ ਸਕਦੇ, ਆਪੋ ਆਪਣਾ ਕਾਨੂੰਨ ਹੁੰਦਾ ਵਾ ਸਾਡੇ ਦੇਸ਼ 'ਚੋਂ ਪੈਸਾ ਟ੍ਰਾਂਸਫਰ ਨਹੀਂ ਗਾ ਹੁੰਦਾ, ਉਹ ਮਤਲਬ ਇੱਦਾਂ ਭੇਜ ਸਕਦੇ ਹਾਂ ਪਾਰਸਲ 'ਚ। ਅੱਛਾ, ਠੀਕ ਹੈ। ਹਾਂਜੀ, ਅਤੇ ਬਾਅਦ 'ਚ ਉਹਨਾਂ ਨੇ ਕਹਿੰਦੇ ਵੀ 30,000 ਪਾਉਂਡ ਭੇਜਿਆ। ਦੋ ਦਿਨ ਸਾਡੀ ਫਿਰ ਗੱਲਬਾਤ ਚੱਲਦੀ ਰਹੀ ਆ, ਮਤਲਬ ਉੱਦਾਂ ਹੀ ਇਸ ਤਰ੍ਹਾਂ ਰੂਟੀਨ 'ਚ ਹੁੰਦੀ ਸੀ, ਰੂਟੀਨ 'ਚ ਹੁੰਦੀ ਸੀ ਵੀ ਤੁਹਾਡੇ ਪਰਿਵਾਰ ਦਾ ਕੀ ਹਾਲ ਆ, ਮੈਂ ਤੈਨੂੰ ਛੋਟਾ ਭਰਾ ਸਮਝਦਾ ਆਪਣਾ, ਮੈਂ ਬਹੁਤ ਅਮੀਰ ਆਦਮੀ ਹਾਂ ਅਤੇ ਮੈਂ 30,000 ਪਾਉਂਡ ਮਤਲਬ ਪਾਰਸਲ 'ਚ ਪਾ ਕੇ ਭੇਜਿਆ ਵਾ, ਉੱਦਾਂ ਮੈਂ ਤੈਨੂੰ ਪਾ ਨਹੀਂ ਸਕਦਾ, ਸਾਡੇ ਦੇਸ਼ ਦਾ ਕਾਨੂੰਨ ਆ। ਉਹ ਬਾਅਦ 'ਚ ਦੋ ਦਿਨ ਸਾਡੀ ਗੱਲਬਾਤ ਚੱਲਦੀ ਰਹੀ ਅਤੇ ਤੀਜੇ ਦਿਨ ਜਾ ਕੇ ਇਹਦੇ ਫੋਨ ਆ ਗਿਆ ਦਿੱਲੀਓਂ, ਇੰਡੀਆ ਦਾ ਨੰਬਰ ਸੀ, ਅਤੇ ਕਹਿੰਦੇ ਵੀ ਤੁਸੀਂ ਪਾਰਸਲ ਮੰਗਵਾਇਆ ਕੋਈ? ਮੈਂ ਹਾਂਜੀ, ਪਾਰਸਲ 'ਤੇ ਆਉਣਾ ਸੀ। ਕਹਿੰਦੇ ਵੀ 35,000 ਇੰਡੀਆ ਦਾ ਜਿਹੜੇ ਨੰਬਰ ਤੋਂ ਤੁਹਾਨੂੰ ਫੋਨ ਆਇਆ ਉਹ ਨੰਬਰ ਤੁਹਾਡੇ ਕੋਲ ਹੈਗਾ ਇਸ ਲਈ? ਹਾਂਜੀ, ਨੰਬਰ ਹੈਗਾ ਜੀ। ਅਤੇ ਕੀ ਕਿਹਾ ਉਹਨਾਂ ਨੇ ਤੁਹਾਨੂੰ? ਉਹ ਮੈਨੂੰ ਕਹਿੰਦੇ ਵੀ 35,000 ਰੁਪਈਆ ਤੁਹਾਨੂੰ ਭਰਨਾ ਪੈਣਾ ਵਾ, ਇਹਦੀ ਪੇ ਕਰਨੀ ਪੈਣੀ ਆ, ਅਤੇ ਬੈਂਕ ਅਕਾਊਂਟ ਮਤਲਬ ਤੁਹਾਨੂੰ ਭੇਜਦੇ ਹਾਂ ਅਤੇ ਅਸੀਂ ਪੈਸੇ 35,000 ਰੁਪਈਆ ਜਮ੍ਹਾਂ ਕਰਾ ਦਿਉ। ਫਿਰ ਆਹ ਅਕਾਊਂਟ ਆ ਮੇਰੇ ਕੋਲ, ਇਹਦੇ 'ਚ ਮੈਂ 35,000 ਰੁਪਈਆ ਜਮ੍ਹਾਂ ਕਰਾਇਆ ਪਹਿਲਾਂ। ਸਲਿਪਸ ਤੁਹਾਡੇ ਕੋਲ ਹੈਗੀਆਂ? ਹਾਂਜੀ। ਅੱਛਾ ਅੱਛਾ, ਠੀਕ ਹੈ। ਆਹ 35,000 ਦੀ ਪਹਿਲੀ ਆ, ਅਤੇ ਆਹ 75,000 ਦੀ ਬਾਅਦ 'ਚ। ਠੀਕ ਹੈ। ਫਿਰ 35,000 ਰੁਪਈਆ ਮੈਂ ਜਮ੍ਹਾਂ ਕਰਾ ਦਿੱਤਾ ਅਤੇ ਮੈਂ ਕਿਹਾ ਵੀ ਇਹ ਹੁਣ ਕਦੋਂ ਭੇਜੋਗੇ? ਕਹਿੰਦੀ ਵੀ ਅਫਸਰ ਸਾਡੇ ਚੱਲ ਗਏ ਆ ਅਤੇ ਸਵੇਰੇ ਤੁਹਾਡੇ ਨਾਲ ਗੱਲ ਕਰਾਂਗੇ। ਸਵੇਰੇ ਇਹਨਾਂ ਦਾ ਫੋਨ ਆਇਆ, ਕਹਿੰਦੇ ਵੀ 9:30 ਕਹਿੰਦੇ ਵੀ ਹੁਣ ਨਾ ਸਾਡੇ ਅਫਸਰਾਂ ਨੇ ਸਕੈਨ ਕੀਤੀ ਆ, ਇਹਦੇ ਵਿੱਚ 35,000 ਪਾਉਂਡ ਆ। ਅਤੇ 30,000 ਪਾਉਂਡ, 35,000 ਪਾਉਂਡ ਉਹਨਾਂ ਨੇ ਕੀ ਕਿਹਾ ਸੀਗਾ, ਕਿੰਨੇ ਪਾਉਂਡ ਪਾਏ? ਉਹਨੇ 30,000 ਰੱਖਿਆ ਸੀ। ਫਿਰ ਮੈਂ ਉਹਨੂੰ ਦੁਬਾਰਾ ਮੈਸੇਜ ਕੀਤਾ ਉਹ ਇੰਗਲੈਂਡ ਵਾਲੇ ਨੂੰ, ਮੈਂ ਕਿਹਾ ਵੀ ਤੁਸੀਂ ਤਾਂ ਆਉਂਦੇ 30,000 ਪਾਉਂਡ ਆ, ਇਹ ਤਾਂ ਆਖਣ ਦੇ 35,000 ਹੈ। ਕਹਿੰਦਾ ਮੈਂ 5,000 ਤੁਹਾਡੇ ਲਈ ਸਰਪ੍ਰਾਈਜ਼ ਭੇਜਿਆ ਸੀਗਾ ਵੀ ਉਤਲਾ ਖਰਚਾ ਜਿਹੜਾ ਹੋਊਗਾ ਨਾ ਉਹ ਮਤਲਬ ਨਿਕਲ ਜਾਏਗਾ ਤੁਹਾਡਾ, ਉੱਤੋਂ ਨਿਕਲ ਜਾਏਗਾ। ਅਤੇ ਬਾਅਦ 'ਚ ਫਿਰ ਕਹਿੰਦਾ ਮੈਂ 35 ਪਾਇਆ ਵਾ। ਫਿਰ ਇਹਨਾਂ ਅਗਲੇ ਦਿਨ ਮਤਲਬ ਕਿਹਾ ਮੈਨੂੰ ਵੀ ਇਹਦੀ ਸਕੈਨ ਹੋਈ ਆ ਅਤੇ ਮਤਲਬ ਤੁਹਾਨੂੰ ਏਅਰਪੋਰਟ ਦੇ ਰੂਲ ਦੇ ਹਿਸਾਬ ਨਾਲ 75,000 ਰੁਪਈਆ ਜਮ੍ਹਾਂ ਕਰਾਉਣਾ ਪੈਣਾ, ਅਕਾਊਂਟ ਨੰਬਰ ਇਹ ਉਹ ਹੀ ਦੇ ਤਾ ਇਹਨਾਂ ਮੈਨੂੰ। ਮੈਂ ਫਿਰ ਉਹ ਮਤਲਬ ਜਮ੍ਹਾਂ ਕਰਾਇਆ। ਤੁਹਾਨੂੰ ਲੱਗਾ ਨਹੀਂ ਕਿ ਪਹਿਲੇ 35,000 'ਚ ਉਹ ਕਹਿ ਰਹੇ ਨੇ ਕਿ ਕਿਤੇ ਤੁਹਾਨੂੰ ਸ਼ੱਕ ਨਹੀਂ ਹੋਇਆ ਕਿ ਕਿਤੇ ਨਾ ਕਿਤੇ ਠੱਗੀ ਹੋ ਰਹੀ ਆ? ਡਾਊਟ ਹੈਗਾ ਸੀਗਾ ਮਨ ਦੇ ਵਿੱਚ ਵੀ ਸ਼ਾਇਦ ਇਹ ਠੱਗੀ ਹੋ ਰਹੀ ਆ, ਪਰ ਉਹ ਇੰਨਾ ਕੁ ਭਰੋਸਾ ਦਵਾ ਰਿਹਾ ਸੀ, ਆਪਣੇ ਬੱਚਿਆਂ ਦੀ ਫੋਟੋ ਭੇਜਦਾ ਸੀ ਮੈਨੂੰ ਜਦੋਂ ਜਾਣ ਲੱਗਦੇ। ਇਮੋਸ਼ਨਲੀ ਕਾਫੀ ਰਿਲੇਸ਼ਨ ਤੁਹਾਡੇ ਨਾਲ ਬਣਾ ਲਿਆ, ਅਟੈਚ ਕਰ ਲਿਆ, ਮਤਲਬ ਆਪਣੀ ਜਦੋਂ ਸੰਡੇ ਹੁੰਦਾ ਜਿੱਦਣ ਉੱਦਣ ਉਹਨੇ ਆਪਣੀ ਮਤਲਬ ਫੈਮਿਲੀ ਬੇਟੀ ਨੂੰ ਲੈ ਕੇ ਜਾਣਾ ਗੱਡੀ ਦੇ ਫੋਟੋ ਭੇਜਣੀ ਵੀ ਅਸੀਂ ਚੱਲੇ ਹਾਂ ਚਰਚ ਚੱਲੇ ਹਾਂ ਅਤੇ ਸ਼ਾਮ ਨੂੰ ਆ ਕੇ ਗੱਲਬਾਤ ਕਰਾਂਗੇ, ਮਤਲਬ ਕਾਫੀ ਉਹਨੇ ਵਿਸ਼ਵਾਸ ਬਣਾ ਲਿਆ ਸੀਗਾ। ਫਿਰ ਜਿਸ ਵੇਲੇ ਤੁਸੀਂ 75,000 ਰੁਪਇਆ ਦੁਬਾਰਾ ਉਹਦੇ ਅਕਾਊਂਟ 'ਚ ਪਾਇਆ? ਫਿਰ 75,000 ਰੁਪਇਆ ਦੁਬਾਰਾ ਫਿਰ ਉਹਦੇ ਅਕਾਊਂਟ 'ਚ ਪਾਇਆ। ਫਿਰ ਉਸ ਤੋਂ ਬਾਅਦ ਉਹਦਾ ਕੀ ਜਵਾਬ? ਫਿਰ ਬਾਅਦ 'ਚ ਉਹ ਹੀ ਗੱਲ ਕਹਿੰਦੇ ਵੀ ਉੱਦਣ ਮੈਨੂੰ ਪੈਸੇ ਇੱਧਰੋਂ ਫੜ ਕੇ ਦੇਣੇ ਕਿ ਕੋਈ ਇੱਦਾਂ ਪੈਸੇ ਕਰਦਿਆਂ ਮੈਂ ਲੇਟ ਹੋ ਗਿਆ। ਤੁਹਾਡੇ ਕੋਲ ਖੁਦ ਇੰਨੇ ਪੈਸੇ ਸੀਗੇ ਜਿੰਨੇ ਉਹਨਾਂ ਨੇ ਮੰਗੇ? ਨਹੀਂ ਨਹੀਂ, ਮੇਰੇ ਕੋਲ ਤਾਂ ਕੁਛ ਵੀ ਨਹੀਂ ਸੀ ਪੈਸੇ, ਅਤੇ ਮੈਂ ਫੜ ਕੇ ਪਾਏ ਵੀ ਚੱਲ ਉੱਧਰੋਂ ਆ ਜਾਣੇ ਆ ਅਤੇ ਪੈਸੇ ਵਾਪਸ ਕਰ ਦਾਂਗੇ। ਮਤਲਬ ਤੁਹਾਨੂੰ ਸੀਗਾ ਕਿ ਇੰਨੇ ਪੈਸੇ ਆ ਰਹੇ ਆ ਅਤੇ ਜੇ ਮੈਂ ਇੱਧਰੋਂ ਫੜ ਕੇ ਦੇ ਵੀ ਦੇਵਾਂ ਲੈ ਕੇ ਅਤੇ ਬਾਅਦ 'ਚ ਮੈਂ ਮੇਰਾ ਵਧੀਆ ਹੋ ਮਤਲਬ ਇੱਧਰੋਂ ਮੈਨੂੰ ਬਥੇਰੇ ਪੈਸੇ ਆ ਜਾਣੇ ਆ, ਉਹ 31-32 ਲੱਖ ਦੱਸਦੇ ਸੀ ਅਤੇ ਮੈਂ ਚੱਲ ਇਹਦੇ ਵਿੱਚੋਂ ਦੇ ਦਾਂਗੇ ਉਹਨਾਂ ਨੂੰ। ਉਹ ਬਾਅਦ 'ਚ 75,000 ਵੀ ਕਿਸੇ ਕੋਲ ਲੈ ਕੇ ਪਾਇਆ ਅਤੇ ਉੱਦਣ ਮਤਲਬ 4:30 ਹੋ ਗਏ ਅਤੇ 5 ਵਜੇ ਤੱਕ ਕਹਿੰਦੇ ਵੀ ਸਾਡਾ ਔਫਿਸ ਨਾ ਹੁਣ ਇਸ ਵੇਲੇ ਬੰਦ ਆ, ਇਸ ਵੇਲੇ ਅਸੀਂ ਮਤਲਬ ਤੋਰਦੇ ਨਹੀਂ ਗੇ ਪਾਰਸਲ ਅਤੇ ਇਹ ਹੁਣ ਕੱਲ੍ਹ ਗੱਲ ਕਰਾਂਗੇ ਤੁਹਾਡੇ ਨਾਲ। ਅਗਲੇ ਦਿਨ ਸਵੇਰੇ ਉਹਨਾਂ ਨੇ ਮਤਲਬ ਆਉਂਦੇ ਸੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ, ਕਹਿੰਦੇ ਵਟਸਐਪ ਨਹੀਂ ਸੀ ਚਲਾਉਂਦੇ ਏਅਰਪੋਰਟ 'ਤੇ, ਨੈਸ਼ਨਲ ਏਅਰਪੋਰਟ ਆ, ਅਤੇ ਫਿਰ ਬਾਅਦ 'ਚ ਉਹਨਾਂ ਨੇ ਨਾ ਚਿੱਠੀ ਪਾ ਦਿੱਤੀ ਇੱਕ ਉਹਨਾਂ ਨੂੰ ਜਿਹੜਾ ਮੇਰਾ ਫਰੈਂਡ ਬਣਿਆ ਸੀ, ਉਹਨੇ ਮੈਨੂੰ ਵਟਸਐਪ 'ਤੇ ਪਾ ਦਿੱਤੀ, ਕਹਿੰਦਾ ਵੀ ਇਹ ਤਾਂ ਮਤਲਬ ਮੈਨੂੰ ਵੀ ਪੁਲਿਸ ਚੁੱਕ ਕੇ ਲੈ ਜੂਗੀ, ਤੈਨੂੰ ਵੀ ਲੈ ਜੂਗੀ, ਮਤਲਬ ਹਾਈ ਕੋਰਟ ਦੀ ਚਿੱਠੀ ਪਾ ਦਿੱਤੀ। ਜਿਹੜੇ ਉਹਨੇ ਇੰਗਲੈਂਡ ਵਾਲੇ ਨੇ ਇਹਨਾਂ ਉਹਨੂੰ ਇਹ ਆਉਂਦੇ ਵੀ ਅਸੀਂ ਪਾਈ ਆ ਉਹਨੂੰ, ਸਾਨੂੰ ਅਲਾਊਡ ਨਹੀਂ ਗਾ ਵਟਸਐਪ 'ਤੇ। ਇਹਨਾਂ ਨੇ ਤੁਹਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਵੀ ਚਿੱਠੀ ਪਾ ਦਿੱਤੀ ਹੈ ਅਤੇ ਤੁਹਾਡੇ 'ਤੇ ਵੀ ਪੁਲਿਸੀ ਕਾਰਵਾਈ ਹੋਏਗੀ, ਕਾਰਵਾਈ ਹੋਏਗੀ ਅਤੇ ਉਹਨਾਂ 'ਤੇ ਵੀ ਹੋਏਗੀ। ਅੱਛਾ, ਅਤੇ ਮੈਂ ਫਿਰ ਨਾ ਉੱਥੇ ਆਪਣੇ ਲੈ ਕੇ ਨਾ ਮੁੰਡੇ ਨੂੰ ਨਾਲ ਮੈਂ ਦਿੱਲੀ ਗਿਆ ਏਅਰਪੋਰਟ 'ਤੇ। ਅੱਛਾ, ਤੁਸੀਂ ਇੱਥੋਂ ਦਿੱਲੀ ਏਅਰਪੋਰਟ 'ਤੇ ਵੀ ਗਏ ਹੋ? ਦਿੱਲੀ ਏਅਰਪੋਰਟ 'ਤੇ ਵੀ ਗਿਆ। ਉਹਨਾਂ ਨੇ ਹੋਰ ਪੈਸੇ ਮੰਗਾਏ ਸੀ ਜਾਂ ਫਿਰ ਤੁਸੀਂ ਪਹਿਲੇ ਰਿਕਵਰੀ ਲੈਣ ਗਏ ਕਿ ਮੇਰੇ ਬਾਕੀ ਪੈਸੇ ਮਿਲ ਜਾਣ? ਨਾ ਨਾ, ਹੋਰ 2,10,000 ਰੁਪਈਆ ਮੰਗਦੇ ਸੀ ਮੇਰੇ ਕੋਲ। ਅੱਛਾ, ਮਤਲਬ 1,10,000 ਦੇਣ ਤੋਂ ਬਾਅਦ? 2,10,000 ਬਾਅਦ 'ਚ ਫਿਰ ਮੰਗਦੇ ਵੀ 2,10,000 ਦੇ। ਫਿਰ ਮੈਂ ਜਦੋਂ ਮੈਂ ਕਿਹਾ ਵੀ ਮੇਰੇ ਕੋਲ ਇੰਨੇ ਪੈਸੇ ਨਹੀਂ ਗੇ ਬਣਨੇ, ਫਿਰ ਤੁਹਾਨੂੰ ਕਿਤੇ ਡਾਊਟ ਹੋਇਆ? ਡਾਊਟ ਹੋਇਆ ਮੈਨੂੰ। ਫਿਰ ਮੈਂ ਨਾ ਇਹਨੂੰ ਆਖਿਆ, ਜਿਹੜਾ ਮੇਰਾ ਦੋਸਤ ਬਣਿਆ ਹੈਗਾ ਇੰਗਲੈਂਡ ਵਾਲਾ, ਇਹਨੂੰ ਮੈਂ ਆਖਿਆ, ਕਹਿੰਦਾ ਵੀ ਮੇਰਾ ਫਰੈਂਡ ਹੈਗਾ ਵਾ ਇੱਕ ਬੰਬੇ ਦਾ, ਅਤੇ ਉਹਨੂੰ ਮੈਂ ਕਹਿ ਦਿੰਦਾ ਚੱਲ 1,10,000 ਉਹ ਪਾ ਦੂਗਾ, ਤੂੰ 1,00,000 ਰੁਪਈਆ ਪਾ ਦੇ ਜਿੱਥੇ ਜਾਂਦੇ ਆ ਅਤੇ ਪੈਸੇ ਤੇਰੇ ਘਰ ਪਹੁੰਚ ਜਾਣਗੇ।
ਉਦੋਂ ਬਾਅਦ ਫਿਰ ਮੈਂ ਆਪਣੇ ਮਤਲਬ ਬੇਟੇ ਨੂੰ ਲੈ ਕੇ ਅਤੇ ਅਸੀਂ ਦਿੱਲੀ ਚੱਲ ਗਏ। ਉਹਨੂੰ ਮੈਂ ਮੈਡਮ ਨੂੰ ਮੈਂ ਕਿਹਾ ਵੀ ਮੈਂ ਪੈਸੇ ਮੈਂ ਖੜਿਆ ਤਾਂ ਕੁਛ ਨਹੀਂ ਲੈ ਕੇ ਗਿਆ ਵੀ ਹੈ ਹੀ ਨਹੀਂ ਸੀ। ਮੈਂ ਉਹਨੂੰ ਜਾ ਕੇ ਆਖਿਆ ਵੀ ਮੈਂ ਮਤਲਬ ਪੈਸੇ ਲੈ ਕੇ ਆਇਆ ਵਾਂ, ਤੁਸੀਂ ਦਫ਼ਤਰ ਆਪਣਾ ਦੱਸੋ। ਕਹਿੰਦੀ ਇੰਟਰਨੈਸ਼ਨਲ ਏਅਰਪੋਰਟ ਆ, ਅਸੀਂ ਏਅਰਪੋਰਟ ਦੇ ਅੰਦਰ ਐਂਟਰ ਹੋਏ ਹਾਂ, ਜਾ ਕੇ ਉੱਥੇ ਇਨਕੁਆਇਰੀ ਦਫ਼ਤਰ 'ਤੇ ਪੁੱਛਿਆ। ਉਹ ਕਹਿੰਦਾ ਮੇਰੀ ਗੱਲ ਕਰਾਓ। ਗੱਲ ਕਰਾਈ ਉਹਦੇ ਨਾਲ ਅਤੇ ਉਹ ਕਹਿੰਦੀ ਵੀ ਨਹੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਉਹਦੇ ਨਾਲ ਕਰਾਓ। ਫਿਰ ਮੈਨੂੰ ਕਹਿੰਦੇ ਵੀ ਤੁਸੀਂ ਕਿੱਥੇ ਆ? ਮੈਂ ਕਿਹਾ ਅਸੀਂ ਤਾਂ ਏਅਰਪੋਰਟ 'ਤੇ ਹਾਂ। ਕਹਿੰਦੀ ਵੀ ਤੁਸੀਂ ਪੈਸੇ ਕਿਉਂ ਨਹੀਂ ਜਮ੍ਹਾਂ ਕਰਾਏ 1,00,000 ਰੁਪਈਆ? ਅਤੇ ਨਹੀਂ ਤਾਂ ਤੁਹਾਡੇ ਸਵੇਰ ਤੱਕ ਪੁਲਿਸ ਦੀ ਮਤਲਬ ਕਾਰਵਾਈ ਹੋਊਗੀ। ਅਤੇ ਬਾਅਦ 'ਚ ਉਹਨੂੰ ਮੈਂ ਕਿਹਾ ਵੀ ਮਤਲਬ ਅਸੀਂ ਅੰਦਰ ਆ ਏਅਰਪੋਰਟ ਦੇ, ਪਹਿਲਾਂ ਆਉਂਦੀ ਵੀ ਐਂਟਰ ਨਹੀਂ ਹੋ ਸਕਦੇ ਤੁਸੀਂ ਜਿੰਨਾ ਤੱਕ ਇਹ ਪੈਸੇ ਨਾ ਜਮ੍ਹਾਂ ਕਰਾਏ। ਮੈਂ ਹੀ ਏਅਰਪੋਰਟ ਦੇ ਅੰਦਰ ਹਾਂ ਅਤੇ ਤੁਸੀਂ ਦੱਸੋ ਆਪਣਾ ਦਫ਼ਤਰ ਦਾ ਕੋਈ ਪਤਾ। ਅਤੇ ਫਿਰ ਮੈਨੂੰ ਮਤਲਬ ਬਾਅਦ 'ਚ ਉਹਨਾਂ ਨੇ ਨਾ ਸਵਿੱਚ ਬੰਦ ਕਰਤਾ, ਆਪਣਾ ਸਵਿੱਚ ਆਫ ਹੋ ਗਏ। ਫਿਰ ਬਾਅਦ 'ਚ ਉੱਥੋਂ ਜਾ ਕੇ ਅਤੇ ਉਸ ਮਤਲਬ ਮੈਂ SHO ਸਾਹਿਬ ਨੂੰ ਉੱਥੇ ਮਿਲਿਆ। ਤੁਹਾਨੂੰ ਯਕੀਨ ਹੋ ਗਿਆ ਕਿ ਇਹ ਕਰੀਬ ਕਰੀਬ ਪੂਰੀ ਠੱਗੀ ਆ? ਠੱਗੀ ਆ। ਫਿਰ ਮੈਂ ਉੱਥੇ ਜਾ ਕੇ SHO ਸਾਹਿਬ ਨੂੰ ਵਿਖਾ ਲਿਆ, ਮੈਂ ਕਿਹਾ ਵੀ ਇੱਦਾਂ ਆਹ ਕੁਛ ਆ ਮੇਰੇ ਨਾਲ ਹੋਇਆ। ਲੋਕਲ ਉੱਥੇ ਥਾਣਾ ਸੀਗਾ ਕੋਈ? ਹਾਂਜੀ ਹਾਂਜੀ, ਸਾਹਮਣੇ ਥਾਣਾ ਹੁੰਦਾ ਇਹਦੇ ਮਤਲਬ ਏਅਰਪੋਰਟ ਦੇ ਸਾਹਮਣੇ ਥਾਣਾ ਸੀਗਾ। ਉੱਥੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਜਾ ਕੇ ਉਹਨਾਂ ਨੂੰ ਸਭ ਕੁਝ ਦਿਖਾ ਲਿਆ। ਕਹਿੰਦਾ ਵੀ ਇਹ ਕੋਰਟ ਦੀ ਚਿੱਠੀ ਨੀਗੀ। ਮੈਂ ਕਿਹਾ ਵੀ ਮੈਨੂੰ ਤਾਂ ਡਰ ਸੀ, ਮੈਂ ਕਿਤੇ ਪੰਗਾ ਨਾ ਪੈ ਜੇ, ਅੰਦਰ ਨਾ ਕਰ ਦੇਣ ਪੈਸੇ, ਤਾਂ ਠੱਗੀ ਹੋ ਹੀ ਗਈ ਆ ਜਿਹੜੀ ਹੁਣ। ਅਤੇ ਉਹ ਕਹਿੰਦਾ ਵੀ ਇਹ ਕੁਛ ਨਹੀਂ ਗਾ, ਨਾ ਇਹ ਕੋਈ ਮਤਲਬ ਸਭ ਕੁਝ ਫਰਜ਼ੀ ਹੈ, ਮਤਲਬ ਫਰੋਡ ਹੋਇਆ ਤੁਹਾਡੇ ਨਾਲ ਸਾਰਾ। ਅਤੇ ਬਾਅਦ ਦੇ ਵਿੱਚ ਉੱਥੋਂ ਆ ਗਏ ਚਲੋ ਅਸੀਂ, ਅਤੇ ਜਦੋਂ ਸ਼ਾਮਾਂ ਨੂੰ ਉੱਥੋਂ ਟ੍ਰੇਨ 'ਤੇ ਬੈਠੇ ਹਾਂ ਅਤੇ ਫਿਰ ਉਹਦਾ ਸਵਿੱਚ ਮਤਲਬ ਔਨ ਕਰਤਾ ਉਹਨੇ, ਅਤੇ ਮੈਨੂੰ ਫੋਨ ਕੀਤਾ, ਕਹਿੰਦੀ ਵੀ ਸਵੇਰੇ ਤੁਹਾਡਾ ਪਾਰਸਲ ਪਹੁੰਚ ਜਾਏਗਾ। ਮੈਨੂੰ ਪਹਿਲਾਂ ਕਹਿੰਦੀ ਤੁਸੀਂ ਕਿੱਥੇ ਜਾਠਾ? ਮੈਂ ਕਿਹਾ ਮੈਂ ਤਾਂ ਪਿੰਡ ਜਾ ਰਿਹਾ। ਕਹਿੰਦੀ ਵੀ ਸਵੇਰੇ ਨਾ ਤੁਹਾਡਾ ਚਲ ਜਾਓ ਪਿੰਡ, ਆਉਂਦੀ ਸਵੇਰੇ ਤੁਹਾਡਾ ਪਾਰਸਲ ਪਹੁੰਚ ਜੂਗਾ, ਨਾਲ ਪੁਲਿਸ ਵੀ ਲੈ ਕੇ ਆਊਗੀ। ਅਤੇ ਮੈਂ ਥਾਣੇ ਤੋਂ ਹੋ ਗਿਆ ਚੁੱਕਾ, ਉਹ ਕਹਿੰਦੇ ਵੀ ਕੁਛ ਨਹੀਂ ਗਾ। ਅਤੇ ਫਿਰ ਵੀ ਉਹ ਮੈਨੂੰ ਕਹਿੰਦੇ ਆਪਣੇ ਨਜ਼ਦੀਕੀ ਥਾਣੇ 'ਤੇ ਰਿਪੋਰਟ ਕਰਾ ਦੀ। ਫਿਰ ਉੱਥੋਂ ਆਏ ਸਵੇਰੇ ਇੱਥੇ। ਤੁਸੀਂ ਇੱਥੇ ਆ ਕੇ ਥਾਣੇ ਕਿਤੇ ਰਿਪੋਰਟ ਜਾਂ ਕੋਈ FIR ਦਰਜ ਕਰਾਈ? ਹਾਂਜੀ, ਮੈਂ ਗਿਆ ਥਾਣੇ। ਪਹਿਲਾਂ ਤਾਂ 2-3 ਵਾਰਾਂ ਗਿਆ ਅਤੇ ਮਿਲੇ ਨਹੀਂ SHO ਸਾਹਿਬ। ਅਤੇ ਫਿਰ ਬਾਅਦ 'ਚ ਇੱਕ ਦਿਨ ਦਾ ਅਸੀਂ ਟਾਈਮ ਲਿਆ ਉਹਦੇ ਕੋਲ ਅਤੇ ਗਏ ਜੇ ਉਹਦੇ ਕੋਲ SHO ਸਾਹਿਬ ਕੋਲ। ਅਤੇ ਉਹ ਕਹਿੰਦਾ ਵੀ ਇਹ ਤਾਂ ਬਹੁਤ ਜ਼ਿਆਦਾ ਠੱਗੀਆਂ ਹੋਣ ਡੀਆਂ ਵਾ, ਅਤੇ ਹੋਰ ਵੀ ਹੋ ਰਹੇ ਆ, ਅਤੇ ਇਹ ਤੁਸੀਂ SSP ਦਫ਼ਤਰ ਮਤਲਬ ਜਾਂ ਲਿਖ ਕੇ ਦਿਓ। ਅਤੇ ਇੱਕੋ ਹੀ ਆਉਂਦਾ ਇਹਦੀ ਬ੍ਰਾਂਚ ਆ ਮੋਹਾਲੀ। ਅਤੇ ਮੋਹਾਲੀ ਫਿਰ ਇੰਨਾ ਤੁਹਾਨੂੰ ਪਤਾ ਹੀ ਕਿਰਾਇਆ ਕਰਾਇਆ ਕਿੱਥੋਂ ਖਰਚੇ, ਆਰਥਿਕ ਹਾਲਾਤ ਮਾੜੇ ਆ। ਅਤੇ ਹੁਣ ਤੁਹਾਡੀ ਮਤਲਬ ਕੀ ਅਪੀਲ ਹੈ, ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੇ ਨਾਲ ਇੰਨੀ ਠੱਗੀ ਹੋ ਚੁੱਕੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਅਪੀਲ ਹੈ ਜਾਂ ਪ੍ਰਸ਼ਾਸਨ ਕੋਲੋਂ ਕੀ ਮੰਗ ਹੈ ਤੁਹਾਡੀ? ਪ੍ਰਸ਼ਾਸਨ ਕੋਲ ਤਾਂ ਇਹੋ ਹੀ ਮੰਗ ਹੈ ਵੀ ਜਿੰਨੇ ਮੇਰੇ ਪੈਸੇ ਗਏ ਆ ਉਨੇ ਵਾਪਸ ਦਵਾਏ ਜਾਣ ਇਹਦੀ ਵੈਰੀਫਿਕੇਸ਼ਨ ਕਰਕੇ। ਅਤੇ ਬਾਕੀ ਮਤਲਬ ਜਿਹੜੇ ਹੋਰ ਮੇਰੇ ਵਰਗੇ ਭਰਾ ਇੱਦਾਂ ਕਰਦੇ ਆ ਚੈਟ, ਜਦੋਂ ਕੋਈ ਪੈਸਾ ਪਾਉਣਾ ਅਤੇ ਪੂਰੀ ਇਨਕੁਆਇਰੀ ਜਾਂ ਜਾਂਚ ਕਰਕੇ ਅਤੇ ਫਿਰ ਪੈਸੇ ਪਾਉਣਾ, ਠੱਗੀ ਬਹੁਤ ਹੋ ਰਹੀ ਹੈ ਅੱਜ ਕੱਲ੍ਹ। ਅਤੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਫੇਸਬੁੱਕ ਦੇ ਰਾਹੀਂ ਇੰਗਲੈਂਡ ਦੇ ਇੱਕ ਬੰਦੇ ਨਾਲ ਇਹਨਾਂ ਦੀ ਦੋਸਤੀ ਹੋਈ, ਅਤੇ ਦੋਸਤੀ ਦੀ ਆੜ ਦੇ ਵਿੱਚ ਉਸ ਬੰਦੇ ਨੇ ਇਹਨਾਂ ਕੋਲੋਂ ਪੈਸੇ ਮੰਗਵਾਏ ਔਰ ਇਹਨਾਂ ਨੇ 1,10,000 ਦੀ ਰਕਮ ਜਿਹੜੀ 2 ਕਿਸ਼ਤਾਂ ਦੇ ਵਿੱਚ ਉਹਨਾਂ ਨੂੰ ਦਿੱਤੀ। ਪਰ ਇਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਖਾਲੀ ਇੰਗਲੈਂਡ ਵਾਲਾ ਹੀ ਨਹੀਂ, ਹਿੰਦੁਸਤਾਨ ਦੇ ਵਿੱਚ ਵੀ ਕੁਛ ਲੋਕ ਐਸੇ ਬੈਠੇ ਨੇ ਜਿਹੜੇ ਉਹਨਾਂ ਦੇ ਨਾਲ ਰਲ ਕੇ ਹਿੰਦੁਸਤਾਨ ਦੇ ਆਮ ਆਦਮੀਆਂ ਨੂੰ ਠੱਗਦੇ ਹੈ। ਕਿਤੇ ਨਾ ਕਿਤੇ ਛਾਣਬੀਨ ਕਰਨ ਵਾਲੀ ਗੱਲ ਆ ਕਿ ਕਿਹੜੇ ਐਸੇ ਲੋਕ ਨੇ ਜਿਹੜੇ ਬਾਹਰ ਦੇ ਲੋਕਾਂ ਨਾਲ ਰਲ ਕੇ ਇੱਥੋਂ ਦੇ ਇੱਕ ਆਮ ਆਦਮੀ ਸਧਾਰਨ ਲੋਕਾਂ ਨੂੰ, ਜ਼ਿਮੀਂਦਾਰ ਆਦਮੀ ਤੁਸੀਂ ਦੇਖਿਆ ਵਿਚਾਰਾ, ਆਰਥਿਕ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ। ਅਤੇ ਸਵਾਲ ਹੁਣ ਪ੍ਰਸ਼ਾਸਨ ਵੱਲ ਹੈ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਕਿਸ ਤਰ੍ਹਾਂ ਕਿੰਨੀਆਂ ਕੁ ਅਤੇ ਕਿਸ ਤਰ੍ਹਾਂ ਹੋਰ ਵੱਜਦੀਆਂ ਰਹਿਣਗੀਆਂ, ਕਿਸ ਤਰ੍ਹਾਂ ਇਹਦੇ 'ਤੇ ਰੋਕ ਲਗਾਈ ਜਾਏਗੀ, ਸਵਾਲ ਹੁਣ ਪ੍ਰਸ਼ਾਸਨ ਵੱਲ ਹੈ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮੰਗੋਤਾ, ਦੈਨਿਕ ਸਵੇਰਾ TV, ਤਿਵਾਣਾ, ਗੁਰਦਾਸਪੁਰ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran Satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647, 84374 94648।